Tatlım mı beyin? Ama tatlı sıkmak mı? Thank you.
सलीम
ਆਓ ਅੱਜ ਦੀ ਸਾਇੰਕਾਲ ਦੇ ਵਿੱਚ ਮਹਾਰਾਣੀ ਦੇ ਪਾਵਨ ਸੱਜੇ ਵਿੱਚ ਬੈਠ ਕੇ ਭਗਵਤ ਦੀ ਸੁੱਚੀ ਜੋਤ ਦੇ ਅੱਗੇ ਜਿੰਨੀ ਵੀ ਸੰਗਤ ਰਲ ਮਿਲ ਕੇ ਮਹਾਰਾਣੀ ਦੀ ਇਬਾਦਤ ਦੇ ਵਿੱਚ ਮਾਂ ਦੇ ਸੱਜੇ ਵਿੱਚ ਆਈ ਹੈ, ਮਾਤਾ ਦੇ ਦਰਬਾਰ 'ਚ ਬੈਠ ਕੇ ਮਾਂ ਦੀਆਂ ਸੁੰਦਰ ਸੁੰਦਰ ਮੰਤਰਾਂ ਗਾ ਕੇ ਭਗਵਤ ਦੀ ਛਾਤੀ ਆਪਣੀਆਂ ਚੋਲੀਆਂ ਭਰੀਏ ਔਰ ਮਹਾਬਾਈ ਦਾ ਪਾਵਨ ਆਸ਼ੀਰਵਾਦ ਪ੍ਰਾਪਤ ਕਰੀਏ। ਬਹੁਤ ਹੀ ਪਿਆਰੇ ਦਰਬਾਰ ਦੇ ਵਿੱਚ ਬੈਠ ਕੇ ਮਾਂ ਦੇ ਦਰਬਾਰ ਚਰਨਾਂ 'ਚ ਬੈਠ ਕੇ ਸੱਜੀ ਜੋਤਦੇ ਹੈ ਕਿ ਅੱਜ ਪਾਵਨ ਮੰਗਲਵਾਰ ਦਾ ਦਿਨ ਹੈ, ਮੰਗਲ ਕਰਕੇ ਸਭ ਦਾ ਮੰਗਲ ਕਰੇ, ਕਲਿਆਣ ਕਰੇ, ਚੋਲੀਆਂ ਭਰੇ, ਮੰਗਲ ਆ ਮੰਗਲ ਸਦਾ ਕਰਨਾ ਪਵਨ ਦਰਬਾਰ ਨੇ, ਚੰਦ ਕਾ ਚੜ੍ਹਦੀ ਰਹੇ ਦੀ ਕਲਾ ਸੰਸਾਰ। ਬੜੇ ਹੀ ਪ੍ਰੇਮ ਨਾਲ ਇੱਕ ਵਾਰੀ ਫੇਰ ਮਿਲ ਕੇ ਭਗਵਤ ਦੇ ਚਰਨਾਂ 'ਚ ਪਾਉਣਾ ਸੁੰਦਰ ਜਿਹਾ, ਬੜੇ ਹੀ ਸਾਵਧਾਨੀ ਦੇ ਨਾਲ ਭਗਵਤ ਦੇ ਚਰਨਾਂ 'ਚ ਲਗਾਓ ਤਾਂ ਕਿ ਰਤਨਾਗੜ ਪਰਬਤ ਤੇ ਰਹਿਣ ਵਾਲੀ ਤ੍ਰਿਕੁਟਾ ਵਾਸੀ ਸੁੰਦਰ ਗੁਫਾ 'ਚ ਨਿਵਾਸ ਕਰਨ ਵਾਲੀ ਚੰਦਨ ਦੀ ਚੌਕੀ 'ਤੇ ਵਿਰਾਜਮਾਨ ਭਗਵਤ ਮਹਾਰਾਣੀ ਪ੍ਰਸੰਨ ਵਦਨ ਹੋਵੇ ਔਰ ਮਿਲ ਕੇ ਮਾਈ ਦੇ ਚਰਨਾਂ 'ਚ ਬੈਠ ਕੇ ਮਾਂ ਦਾ ਅਸੀਂ ਸੰਸਦਾ ਕਰੀਏ। ਪ੍ਰੇਮ ਨਾਲ ਸਾਰੀ ਸਿੱਖਿਆ ਨੂੰ ਭਗਵਤ ਦੇ ਨਜ਼ਰ ਕਰਦੇ ਹਾਂ। ਦਾਤੀ ਜੋ ਜੋ
Oh,
तुफाई खास करवानी महारानी की आओ सबको कहना गौरी नंदन शिव सुप्रिय श्री गणेश जी महाराज को प्रसन्न करिए। श्री गणेश जी महाराज की प्रसन्नता को बिना कोई भी कार्य सफल नहीं होता, ऐसा उन्होंने वरदान है। उन्होंने चरण प्रार्थना गई बड़ी प्रिया जी को मिलकर माई ने चरणा श्री गणेश जी की चरणा प्यार दिखा के जिन्नी भी संगत बैठी पर प्यार मंगना ज्योति करो जय माता जी। देखो किन्नी संगत बैठी आवाज नहीं आ रही है, क्या बोलो जय माता चुड़ियां बननिया ने सब तो पहला सिंह ने जी प्रसन्न करके बड़े ही प्रेम कर आओ उन्होंने चरण वंदना गाइए प्यारी रचना मिलकर सारी संगत ने आनंद लेना प्यार रस्ता Yeah.
Oh, my God.
ਹਸਰਾ ਹੀ ਮੁਸਕੁਰਾਉਂਦੇ ਰਹੋ, ਮਾਂ ਦਾ ਨਾਮ ਧਿਆਉਂਦੇ ਰਹੋ, ਮਾਤਾ ਤੰਦਰੁਸਤੀ ਬਖਸ਼ੇ। ਕਮਰਾ ਨੰਬਰ 111, ਕਮਰਾ ਨੰਬਰ 112 ਤੇ ਕਮਰਾ ਨੰਬਰ 102, 228, 111, 112, 228 ਦੇ ਵਿੱਚ ਬਿਜਲੀ ਦੀ ਸੰਬੰਧਿਤ ਕੋਈ ਸਮੱਸਿਆ ਹੈਗੀ ਹੈ, ਜਾ ਕੇ ਜਿਹਨਾਂ ਦੇ ਕਮਰੇ ਉੱਪਰ ਚਲੀ ਜਾਓ, ਜਾ ਕੇ ਠੀਕ ਕਰਵਾ ਲਵਾਂ। ਕਹੋ ਪ੍ਰਿੰਸ ਗਿਆ ਮਾਤਾ, 111, 112 ਤੇ 228 ਨੰਬਰ ਦਾ ਕਮਰਾ। ਏ ਮਾਈ ਸੱਚੀਆਂ
दान कर लेंगे। उस की सुनी चीनी और शादी का नेत्र अनुस्वार स्वीकार करो। बड़े प्यारे लोग जिससे
जहां भी जाएंगे भावे भले हैं भावे बुरे हैं तेरी सेवक जिस जहां भी जाएंगे बचड़े ਪਲੇਟਫਾਰਮ ਆਈ ਨੇ ਬਣਾਇਆ ਦਿੱਲੀ ਵਾਲੇ ਵੀ ਆ ਗਏ ਮੁੰਬਈ ਵਾਲੇ ਵੀ ਆ ਗਏ
ਚੰਡੀਗੜ੍ਹ ਵਾਲੇ ਵੀ ਆ ਗਏ ਜਾਂ ਜਿੱਥੋਂ ਦੀ ਜਿਹੜਾ ਚੱਲ ਕੇ ਆਇਆ ਉਹ ਪ੍ਰਿੰਸ ਇਸ ਤਰ੍ਹਾਂ ਹੀ ਸਭ ਮਿਲਣ ਗਿਲਣ ਤੇ ਕਿੰਨਾ ਪਿਆਰ ਉਹਨਾਂ ਦੇ ਤੇ ਮਾਈ ਦੀ ਬਿਮਾਰੀ ਜਿਹਨਾਂ ਦੇ ਸਾਰੇ ਖੁਸ਼ ਰਹਿਣ ਪ੍ਰਸੰਨ ਰਹਿਣ ਉਹ ਜੈ ਮਾਤਾ ਜੀ ਪ੍ਰਿੰਸ ਬੋਲੋ ਜੈ ਮਾਤਾ ਜੀ ਜੈ ਮਾਤਾ ਮਾਤਾ ਦਾ ਸ਼ੀਰਵਾਦ ਮਿਲੇ ਜੋਤੀ ਬੋਲੋ ਜੈ ਮਾਤਾ ਜੀ ਜੈ ਮਾਤਾ ਤੰਦਰੁਸਤੀ ਦੇਵੇ ਮਹਾਰਾਜ ਕਰੋ ਜੈ ਮਾਤਾ ਜੀ ਜੈ ਮਾਤਾ ਜੀ ਸਮਸਤ ਸੰਤਾ ਕਰਨ ਨੂੰ ਸ਼ੁਭ ਕਰਕੇ ਪਵਿੱਤਰ ਕਰਕੇ ਮਨ ਵਚਨ ਚਿਤ ਅਹੰਕਾਰ ਨੂੰ ਚਾਰੇ ਚਤੁਸ਼ਟੈ ਕਰਨ ਨੂੰ ਬੜੇ ਪਿਆਰ ਨਾਲ ਭਗਵਤ ਦੇ ਚਰਨਾਂ ਵਿੱਚ ਸਮਰਪਿਤ ਕਰਕੇ ਸਿਰਫ ਪੰਛੀ ਦਾ ਪੰਛੀ ਹੀ ਰਹਿ ਜਾਵੇ ਜਿਹੜਾ ਉੱਤੇ ਔਰ ਮਾਈ ਦੇ ਦਰਬਾਰ ਤੇ ਪਹੁੰਚੇ ਸਭ ਕੁਛ ਬਚ ਜਾਵੇ ਤੇ ਬਾਕੀ ਅਸੀਂ ਹੋ ਜਾਈਏ ਉਹ ਪ੍ਰੇਮ ਸੇ ਜੈ ਮਾਤਾ ਜੈ ਮਾਤਾ ਇਹ ਦੇਖੋ ਜੀ ਕਿਸ ਤਰ੍ਹਾਂ ਲੱਗਦੀ ਆਉਣੇ ਵਾਲੇ ਆਉਂਦੇ ਰਹਿਣਗੇ ਜਾਣੇ ਵਾਲੇ ਜਾਂਦੇ ਰਹਿਣਗੇ 80 lakh ਗੰਗਾ ਵਿੱਚ ਬੜੇ ਬੰਦੇ ਨਹਾਉਂਦੇ ਨੇ ਨਹਾਉਂਦੇ ਨਹਾਉਂਦੇ ਗੱਲਾਂ ਫੋਨ ਤੇ ਕਰਦੇ ਨੇ ਕਿੰਨੇ ਪੈਸੇ ਕੱਢਦੇ ਤੇ ਕਿੰਨੇ ਬਹਿ ਕੱਢਦੇ ਪਾਪਾ ਨੂੰ ਹੁੰਦੇ ਗੰਗਾ ਵਿੱਚ ਇੱਕ ਫਕੀਰੀ ਲੇਖ ਦੀ ਇੱਕ ਫਕੀਰੀ ਰੇਖ ਦੀ ਇੱਕ ਫਕੀਰੀ ਭੇਖ ਦੀ ਇੱਕ ਪਿੱਛੇ ਮੁੜਨ ਦੀ ਪਿੱਛੇ ਦੇਖ ਕੇ ਜਾਂਦੇ ਕੌਣ ਆਇਆ ਕੌਣ ਆਇਆ ਕੌਣ ਜਾਇਆ ਜਦੋਂ ਧਿਆਨ ਨਹੀਂ ਲੱਗਦਾ ਸਰਦਾ ਉਹ ਜੈ ਮਾਤਾ ਪੇਟੀ ਕੀ ਗੱਲ ਉਹ ਦਰਬਾਰ ਵੀ ਤੁਹਾਡੀ ਹਾਜ਼ਰ ਲੱਗ ਗਈ ਭਾਵੇਂ ਕਿਸੇ ਦੇ ਦਰਬਾਰ ਵਿੱਚ ਹਾਜ਼ਰ ਲੱਗ ਗਏ ਮਾਈ ਦੇ ਚਰਨਾਂ ਤੁਸੀਂ ਬੈਠੇ ਬੈਠੇ ਬੜੇ ਪ੍ਰੇਮ ਨਾਲ ਆਓ ਇੱਕ ਰਚਨਾ ਹੋਰ ਮਾਈ ਨੂੰ ਸੁਣਾਈਏ ਬੜੇ ਪਿਆਰੇ ਹੋਰ ਸਵਰਗੀ ਸ਼੍ਰੀ ਤਰਨਪਾਲ ਨੂੰ ਜੀ ਲਿਖੀ ਹੈ ਰਾਜਾ ਮਾਤਾ ਦੇ ਚਰਨਾਂ ਵਿੱਚ ਮਾਂ ਦੇ ਦਰਬਾਰ ਦੀ ਰੌਣਕ ਹੈ ਬੜੇ ਪ੍ਰੇਮ ਨਾਲ ਵਧਾਓ ਮਾਂ ਕਲਿਆਣ ਮੇਰੇ ਚੁੰਡੀਆਂ ਜਗਦੰਬੇ ਜਗਤਾਰਨੀ ਤੇਰੇ ਕਰਕੇ ਦੇਖੀ ਮੂਨਾ ਮੋੜੀ ਮਾਏ ਦਿਲ ਨਾ ਤੋੜੀ ਜਗਦੰਬੇ ਜਗਤਾਰਨੀ ਮੈਂ ਤੇਰੇ ਦਰ ਤੇ
Thank you.
ਸਿਮਰਨ ਹੋਰ ਮੈਂ ਗਾਵਾਂਗਾ ਆਪਣੇ ਸਾਡੇ ਅਮਨਜੀਤ ਸਿੰਘ ਜੀ ਮਾਤਾ ਦੇ ਦਰਬਾਰ ਵਿੱਚ ਬੈਠ ਕੇ ਮਾਂ ਦੇ ਨਾਮ ਦੀ ਰੌਣਕ ਨੂੰ ਵਧਾਉਣਗੇ। ਆਓ ਬੜੇ ਪ੍ਰੇਮ ਨਾਲ ਅਗਲੀ ਆਰਾਧਨਾ ਪਿਆਰ ਦਰਬਾਰ ਨੂੰ ਸੁਣਾਈਏ। ਮਾਤਾ ਰਾਣੀ ਸਭ ਨੂੰ ਹਰ ਸਥਾਨ ਬੁਲਾਵੇ, ਉੱਚੀਆਂ ਪਹਾੜਾਂ ਦੀਆਂ ਟੱਕੀਆਂ ਬ੍ਰਿਖ ਸਭ ਹਰੇ ਭਰੇ, ਮਾਏ ਜੀ ਦਾ ਭਵਨ ਨਿਰਾਲਾ ਤੇ ਭਾਗਾਂ ਵਾਲਾ ਕਰ ਸਕਦਾ। ਬਿਨ ਭਾਗੋ ਨਹੀਂ ਕੋਈ ਆਉਂਦਾ, ਬੋਲ ਪ੍ਰੇਮ ਸੇ ਜੈ ਮਾਤਾ ਜੀ, ਪ੍ਰੇਮ ਸੇ ਬੋਲੋ ਜੈ ਮਾਤਾ ਜੀ। ਜਿਹਨੂੰ ਜਿਹਨੂੰ ਚਿੱਠੀ ਪਹੁੰਚਦੀ, ਜਿਹਦੀ ਦੀ ਤਾਰ ਫੜਦੀ ਦਾ ਲਗਾਉ ਹੁੰਦਾ, ਮਾਈ ਦੇ ਦਰਬਾਰ ਚ ਆ ਜਾਂਦਾ, ਪਹੁੰਚ ਜਾਂਦਾ, ਦਰਸ਼ਨ ਮਾਤਾ ਦੇ ਕਰਦਾ, ਮਾਤਾ ਨੂੰ ਹਰ ਸਾਲ ਬੁਲਾਵੇ, ਸਾਨੂੰ ਹਰ ਸਾਲ ਬੁਲਾਵੇ, ਕਲਿਆਣ ਕਰੇ, ਚੁੱਟੀਆਂ ਭਰੇ, ਆਓ ਇੱਕ ਰਚਨਾ ਹੋ ਬੜੇ ਪ੍ਰੇਮ ਨਾਲ ਮਾਂ ਦੇ ਚਰਨ ਜਗਾ ਕੇ ਮਾਂ ਦਾ ਨਾਮ ਲੈ ਕੇ ਰਸਤਾ ਪੂਰਨ ਕਰਦੇ ਹਾਂ। ਪਿਆਰੀ ਰਚਨਾ ਵਿੱਚ ਸਾਰੀ ਸੰਗਤ ਦੇਖਿਆ ਆਏਗਾ।
Thank you.
Yeah.
ਰਸਨਾ ਜੀਵਾ ਪਵਿੱਤਰ ਹੋਵੇ, ਮੇਰੀ ਵੀ ਹੋਵੇ, ਤੁਹਾਡੀ ਵੀ ਹੋਵੇ। ਭਗਵੰਤ ਦੇ ਚਰਨਾਂ 'ਚ ਬੈਠੇ ਹੋ, ਆਓ ਹੁਣ ਅਮਰ ਜੀ ਮਾਈ ਦੇ ਦਰਬਾਰ 'ਚ। ਖੁਸ਼ੀਆਂ ਹੀ ਖੁਸ਼ੀਆਂ ਰਹਿਣ ਸਦਾ, ਮਮਤਾ ਦੀਆਂ ਨਦੀਆਂ ਵਹਿਣ ਸਦਾ। ਅਸੀਂ ਭਰਦੇ ਰਹੀਏ ਹਾਜ਼ਰੀਆਂ, ਔਰ ਜੋ ਵੀ ਭਾਵ ਹੈ ਮਿਲ ਕੇ ਮਾਈ ਦੇ ਦਰਬਾਰ 'ਚ ਕਹਿਣਗੇ। ਆਓ ਮਿਲ ਕੇ ਭਗਵੰਤ ਨੂੰ ਚਾਹੀਦਾ ਮੇਰਾ ਮਾਰੀ ਮੇਰਾ ਮਾਰੀ ਮੇਰਾ ਮਾਰੀ ਮੇਰਾ ਮਾਰੀ ਮੇਰਾ ਮਾਰੀ ਮੇਰਾ ਮਾਰੀ ਮੇਰਾ ਮਾਰੀ।
Thank you.
Yeah.
आवाज घट गई है सारे जाने बैठे हैं तो वो प्रीत से जय माता दी तंदुरुस्ती ना बोलो जय माता दी बड़े प्रसन्न चित्त होके कहो जय माता दी बड़े खिड़खिड़ा के कहो जय माता दी प्यारी प्यारी मुस्कुराहट देके कहो जय माता दी बहुत ही दरबार बीच बैठे हैं माँ भगवती कल्याणकारिणी बैठी है पूज्य बालिका का आशीर्वाद है शुक्ल पक्ष चल रहे हैं चांदना पक्ष चलता पे चंद्रमा भी खगन मंडल से निकलिया हुआ है माता जी दरबार दिया रामगढ़ लगी हुई है शर्मा साहब बैठे हैं बीके शर्मा जी बैठे हैं ब्रिजमोहन मान जी बैठे हैं बड़े ही प्यार के नाल राजे दरबार में जितनी भी संगत इकट्ठी होकर बैठी है सारे ने खाना खा के जाना किसी ने इस तरह नहीं जाना कबो प्रेम से जय माता दी जिन्नी जिन्नी भी संगत विराजमान है माता के घर आए हाँ हर पेट भोजन करके तसली बख्शन पूर्णा का भंडारा है कबो प्रेम से जय माता दी उसके रिश्ते कोई कमी नहीं आती महारानी प्यारा प्यारा वरदान वास्ते बैठी है आओ कि तो वंदना की फरमाइश है पूरी करके फिर हनुमान जी का पाठ करके समापन करांगे आज मंगलवार का दिन है तो नसीब जाग जाएंगे तो मां का नाम लेके दे सुनेगी तेरी बात दिल के नाल कह के देखो जय माता दी पिछों गलों की बड़ी आवाज आ रही है प्यार न बैठो प्यार न सुनो माई का नाम बड़ा पवित्र है रस मंगल लगाओ रानी कल्याण करे मंगला चरण करे बड़े प्रेम मरण के सब लिखे नदी में जाने से तू बाबा
कईयां महफलां च ते उमर दी ताल ही किसी ने बाह ना पड़ी तो की करिए तेनू सुकून कई कई जगह तो जा
ਕੇ ਤੁਹਾਡੇ ਸੇ ਕਵਾਂਗਾ ਔਰ ਉਸ ਤੋਂ ਬਾਅਦ ਹਨੂਮਾਨ ਜੀ ਮਹਾਰਾਜ ਦਾ ਨਾਮ ਲੈਂਦੇ ਹਾਂ ਫਿਰ ਸਮਾਪਨ ਕਰਾਂਗੇ ਬੜੇ ਪਿਆਰ ਨਾਲ ਸਭ ਨੇ ਖਾਣਾ ਖਾ ਕੇ ਜਾਣਾ ਕੱਲ ਮਾਈ ਬੇਵਾ ਦੀ ਹਾਜ਼ਰ ਪੜਨ ਵਾਸਤੇ ਔਰ ਉਸ ਤੋਂ ਬਾਅਦ 6 ਵਜੇ ਕਰ ਫਿਰ ਇਹ ਮਹਿਫਲ ਸਜੇਗੀ ਕਿਉਂ ਪ੍ਰੇਮ ਸੇ ਜੈ ਮਾਤਾ ਪ੍ਰੇਮ ਸੇ ਬੋਲੋ ਜੈ ਮਾਤਾ ਜੀ ਜਿੰਨੀ ਜਿੰਨੀ ਵਾਰੀ ਮਾਈ ਬੁਲਾਵੇ ਉੰਨੀ ਵਾਰੀ ਮਾਂ ਦਾ ਨਾਮ ਲਵੋ ਵੇਲੇ ਵਾਰ ਵਾਰ ਨਹੀਂ ਜੁੜਦੇ ਨਦੀ ਨਾਮ ਸੰਜੋਗੀ ਮੇਲੇ ਵਾਲੇ ਅਗਲੇ ਸਾਲ ਖੂਬ ਆ ਰਿਹਾ ਹੈ ਕਿਉਂਕਿ ਨਦੀ ਦਾ ਨਾਮ ਹੈ ਸੰਯੋਗ ਬਣ ਗਿਆ ਰਾਸ਼ੀਆਂ ਦਾ ਤੇ ਅਰਧ ਕੁੰਭ ਲੱਗ ਗਿਆ ਕਹੋ ਜੈ ਮਾਤਾ ਨਦੀ ਦਾ ਨਾਮ ਹੈ ਤੇ ਸੰਯੋਗ ਸਾਡੇ ਗ੍ਰਹਿ ਨਛੱਤਰਾਂ ਦਾ ਹੈ ਇਸ ਕਰਕੇ ਕਹਿੰਦੇ ਨਦੀ ਨਾਮ ਤੇ ਸੰਯੋਗੀ ਮੇਲੇ ਮੇਲੇ ਲੱਗਦੇ ਨੇ ਇਹ ਵੀ ਮੇਲੇ ਲੱਗੇ ਹਨ ਇੱਥੇ ਮਾਂ ਦਾ ਨਾਮ ਹੈ ਤੇ ਸੰਯੋਗ ਤੁਹਾਡਾ ਸਾਰਿਆਂ ਦਾ ਹੈ ਕੱਲ ਫਿਰ ਮਿਲ ਕੇ 6 ਵਜੇ ਮੈਂ ਤੁਸ ਜਾਵਾਂਗੇ ਤੇ ਮਾਈ ਦਾ ਨਾਮ ਲੈ ਕੇ ਰਸਨਾ ਪੁੱਤਰ ਕਰਾਂਗੇ ਆਓ ਜੀ ਵੰਦਨਾ ਫਿਰ ਹਨੂੰਮਾਨ ਜੀ ਦਾ ਚਰਨਾਂ ਚ ਕੇ ਗ੍ਰੰਥ ਦਾ ਸਮਾਪਨ ਕਰਦੇ ਹਾਂ ਬੜੇ ਪਿਆਰੇ ਬੋਲ ਮਿਲ ਕੇ ਮਾਈ ਦਾ ਨਾਮ ਲੈ ਕੇ ਜੰਮੂ ਦੇ ਪਹਾੜਾਂ ਵਿੱਚ ਵੈਸ਼ਨੋ ਵਸੀਏ ਕਾਂਗੜੇ ਚ ਵਸੀਏ ਜਵਾਲਾ ਓ ਤੇਰਾ ਨੀ ਕਾਂਗੜੇ ਚ ਵਸੀਏ ਜਵਾਲਾ ਓ ਪਗਤਾ Oh.
चांदी की कटोरी केसर कोला चांदी की कटोरी केसर कोला माता जी की कटोरी माता जी की लेकिन पेड़ की भावना सुनो कैसी है अर्थ कहते हैं बहुत छोटी लिखे बड़े बड़े प्यार में चुन चुन के कलिया ने आना मैं हार करवा करवा माता जी के गल से पा वाला सीधे सीधे बोल रहे बड़ी मुश्किल की पुरानी पेड़ है बड़े मन की रीत है लगना चुन चुन कलिया चुन Oh
समापन करेंगे, सब ने प्रसाद लेके और सब ने भर पेट भोजन करके प्रस्थान करना है। जिन्हें संगत भगवती जी उपस्थिति मां के सानिध्य और सानिध्य बैठी है, प्यार नाल मिलके आओ हनुमान जी के चरणों की प्रार्थना गाके फिर समापन करते हैं। प्यारे मेरे दोस्त, श्री हनुमान जी महाराज के चरणों सारी संगत से प्यार करते हैं। श्री हनुमान जी महाराज संकट को जय ना दिखा संकट को जय ना दिखा।
I'm
कैमरा मैन भी ये कोई हो भी ऐसा कैमरा मैन
Yeah, I'm all right.